ਏ ਆਕਾਸ਼ ਵਾਨੀਏ ਖਬਰਾਂ ਦੀ ਸਪਲੇਟਨ ਦੇ ਨਾਲ ਮੈਂ ਅਪਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪਰਮਵੀਰ ਚੱਕਰਪ੍ਰਾਪਤ ਕਰਨ ਵਾਲਿਆਂ ਦੇ ਨਾਂ ਤੇ ਅੰਡੇਮਾਨ ਤੇ ਨਿਕੋਬਾਰ ਦੀ 21 ਟਾਪੂਆਂ ਦਾ ਨਾਮਕਰਨ ਕਰਨਗੇ राष्ट्रपति द्रौपदी मुर्मू कल नवी दिल्ली ਵਿੱਚ 11 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰਨਗੇ। ਮਿਸਟਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ 26 ਜਨਵਰੀ ਨੂੰ ਭਾਰਤੀ ਗਣਰਾਜ ਦੇ ਸਜਸ਼ਨਾਂ ਵਿਖੇ ਮੁੱਖ ਮਹਿਮਾਨ ਹੋਣਗੇ। ਚੀਨ ਨੇ ਕਿਹਾ ਕਿ ਇਸ ਦੀ 80% ਦਬਾਦੀ ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਹੈ। ਜਿ ਮਰਦਾਂ ਦੇ एफआईएच 6 ਕੀ ਵਿਸ਼ਵ ਕੱਪ ਵਿੱਚ ਭਾਰਤ ਅਤੇ ਜੰਡੀਸਡੈਂਟ ਦਰਮਿਆਨ ਭੁਵਨੇਸ਼ਵਰ ਵਿੱਚ ਇਸ ਸਮੇਂ ਕੁਆਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਮੈਚ ਚੱਲ ਰਿਹਾ ਹੈ। ਕੱਲ ਪਰਮਵੀਰ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 11 ਵਜੇ ਵੀਡੀਓ ਕਾਨਫਰੈਂਸਿੰਗ ਰਾਹੀਂ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਬਿਨਾਮ ਟਾਪੂਆਂ ਦੇ ਨਾਂ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ 21 ਫੌਜੀਆਂ ਦੇ ਨਾਂ 'ਤੇ ਰੱਖਣ ਦੀ ਰਸਮ ਵਿੱਚ ਹਿੱਸਾ ਲੈਣਗੇ ਸਰਕਾਰ ਨੇ ਨੇਤਾ ਜੀ ਸੁਵਾਸਚੰਦਰ ਬੋਸ ਦਾ ਜਨਮ ਦਿਨ ਮਨਾਉਣ ਲਈ 23 ਜਨਵਰੀ ਦਾ ਦਿਨ ਪ੍ਰਧਾਨ ਮੰਤਰੀ ਦੇ ਸਵਜੋਂ ਲਾਣ ਦਿੱਤਾ ਹੈ ਸਭ ਤੋਂ ਵੱਡੇ ਬਿਨਾਮ ਟਾਪੂ ਦਾ ਨਾਮ ਪਹਿਲੇ ਪਰਮਵੀਰ ਚੱਕਰ ਸਨਮਾਨਿਤ ਫੌਜੀ ਦੂਜੇ ਸਭ ਤੋਂ ਵੱਡੇ ਟਾਪੂ ਦਾ ਨਾਂ ਇਹ ਵਾਰਡ ਪ੍ਰਾਪਤ ਕਰਨ ਵਾਲੇ ਦੂਜੇ ਫੌਜੀ ਦੇ ਨਾਂ ਤੇ ਤੇ ਫਿਰ ਅੱਗੇ ਇਸੇ ਤਰਤੀਬ ਵਿੱਚ ਸਾਰੇ ਟਾਪੂਆਂ ਦੇ ਨਾਂ ਰੱਖੇ ਜਾਣਗੇ। ਇਹਨਾਂ ਫੌਜੀਆਂ ਵਿੱਚ ਮੇਜਰ ਸੋਮਨਾਥ ਸ਼ਰਮਾ, ਨਾਇਕ ਜਗਨਾਤ ਸਿੰਘ, ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ, ਲਾਸਟ ਨਾਇਕ ਐਲਬਰਟ ਏਕਾ, ਮੇਜਰ ਰਾਮਾ ਸੁਆਮੀ ਪਰਵੀਸ਼ਵਰਮ, ਕੈਪਟਨ ਵਿਕਰਮਪਤਰ ਤੇ ਲੈਫਟਿਨੈਂਟ ਮਨੋਸ਼ ਕੁਮਾਰ ਪਾੜੇ ਸ਼ਾਮਲ ਨੇ। ਇਹ ਕਦਮ ਉਠਾਇਆ ਜਾਣਾ ਦੇਸ਼ ਦੀ ਉਹਨਾਂ ਨਾਇਕਾਂ ਨੂੰ ਇੱਕ ਸਦੀਵੀ ਸ਼ਰਧਾਂਜਲੀ ਹੋਏਗੀ ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪ੍ਰੋਗਰਾਮ ਦੌਰਾਨ ਸ਼੍ਰੀ ਮੋਦੀ ਨੇ ਤਾਜੀ ਸੁਭਾਸ਼ ਚੰਦਰ ਬੋਸ ਦੀਪਤੇ ਬਣਾਈ ਗਈ ਰਾਸ਼ਟਰੀ ਯਾਦਗਾਰ ਦੇ ਮਾਡਲ ਤੋਂ ਪਰਦਾ ਵੀ ਉਠਾਣਗੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੀ ਇਤਿਹਾਸਕ ਮਹੱਤਤਾ ਨੂੰ ਝਾਣ ਵਿੱਚ ਰੱਖਦਿਆਂ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਦੇ ਸਨਮਾਨ ਵਿੱਚ ਰਾਸ਼ਟਾਪੂਜਨ 2018 ਵਿੱਚ ਸ਼੍ਰੀ ਮੋਦੀ ਵੱਲੋਂ ਨੇਤਾਜੀ ਸੁਭਾਸ਼ ਚੰਦਰ ਪੂਰਸਤ ਵੀ ਪ੍ਰਕਾਸ਼ਿਆ ਗਿਆ ਸੀ। ਨੇਲਟਾਪੂ ਤੇ ਹੈਬਲੋਕ ਟਾਪ ਮਦਰਨਾਵੀ ਸ਼ਹੀਦ ਦੀਪ ਤੇ ਸਵਰਾਜ ਦੀਪ ਰੱਖਿਆ ਗਿਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਲਕੇ ਦਿੱਲੀ ਵਿੱਚ ਇੱਕ ਨਾਮ ਅਨ ਸਮਾਰੋਹ ਵਿਖੇ 11 ਬੱਚਿਆਂ ਨੂੰ ਸਾਲ 2023 ਦੀ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜਨਵਰੀ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਾ ਨਾਲ ਗੱਲਬਾਤ ਕਰਨਗੇ। ਔਰਤ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਰਾਣੀ ਵੀ ਇਸ ਦਿਨ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦੇਣਗੇ। ਸਾਡੇ ਪੱਤਰ ਪ੍ਰੇਰਕ ਨੇ ਖਬਰ ਦਿੱਤੀ ਹੈ ਕਿ ਸਰਕਾਰ ਬਲੱਖਣ ਪ੍ਰਾਪਤੀਆਂ ਲਈ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕਰਦੀ ਹੈ। ਇਹ ਨਾਮ 6 ਸ਼੍ਰੇਣੀਆਂ ਵਿੱਚ 5 ਤੋਂ 18 ਸਾਲ ਦੇ ਸਮੂਹ ਦੇ ਬੱਚਿਆਂ ਨੂੰ ਉਹਨਾਂ ਦੀ ਮੁਹਾਰਤ ਲਈ ਪ੍ਰਦਾਨ ਕੀਤੇ ਜਾਂਦੇ ਨੇ ਇਹ ਸ਼੍ਰੇਣੀਆਂ ਨੇ ਕਲਾ ਤੇ ਸੱਭਿਆਚਾਰ ਬਹਾਦਰੀ ਖੋਜ ਸਕੂਲੀ ਪੜ੍ਹਾਈ ਸਬੰਧੀ ਸਮਾਜ ਸੇਵਾ ਤੇ ਖੇਡਾਂ ਹਰ ਇੱਕ ਨਾਮ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਇੱਕ ਤਮਗਾ 1 ਲੱਖ ਰੁਪਏ ਦਾ ਨਕਦ ਨਾਮ ਤੇ ਇੱਕ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤੇ ਅਲ-ਸੀਸੀ 2074ਵੇਂ ਗਣਰਾਜ ਦਿਵਸ ਤੇ ਮੁੱਖ ਮਹਿਮਾਨ ਹੋਣਗੇ ਤੇ ਉਹ ਚੋ ਵੀ ਤੋਂ 26 ਜਨਵਰੀ ਤੱਕ ਭਾਰਤ ਦਾ ਸਰਕਾਰੀ ਦੌਰਾ ਕਰਨਗੇ ਉਹਨਾਂ ਨਾਲ ਪੰਜ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਸਮੇਤ ਇੱਕ ਕੁਝ ਪਦਰੀ ਡੈਲੀਗੇਸ਼ਨ ਆਏਗਾ। ਇਹ ਪਹਿਲੀ ਵਾਰ ਹੈ ਕਿ ਮਿਸਰ ਦੇ ਰਾਸ਼ਟਰਪਤੀ ਨੂੰ ਗੁਨਰਾਜ ਦੇ ਵਿਸਤੇ ਮੁੱਖ ਮਹਿਮਾਨ ਵਜੋਂ ਸੱਜਿਆ ਗਿਆ ਹੈ। ਮਿਸਰ ਦੀ ਫੌਜ ਤੋਂ ਇੱਕ ਫੌਜੀ ਜਸਕਰ ਵੀ ਗੁਨਰਾਜ ਦੇ ਵਿਸਤੇ ਪ੍ਰੇਰਿਤ ਹੋ ਕੇ ਆਵੇਗਾ। ਸਾਡੇ ਪੱਤਰ ਪ੍ਰੇਰਤ ਨੇ ਖਬਰ ਦਿੱਤੀ ਕਿ ਰਾਸ਼ਟਰਪਤੀ ਸੈਸੀ ਦਾ 25 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਜਾਏਗਾ। ਜੇੰਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਟੁਖਾਰ ਨੇ ਅੱਜ ਮੁੱਖ ਮੰਤਰੀ ਭੂ ਆਵਾਸਯ ਅਧਿਕਾਰ ਯੋਜਨਾ ਤਹਿਤ ਸਿੰਗਰੌਲੀ ਜ਼ਿਲ੍ਹੇ ਦੇ ਬੇਕਾਰ ਪਰਿਵਾਰਾਂ ਨੂੰ ਜ਼ਮੀਨ ਵੰਡੀ ਹੈ ਸਕੀਮ ਤਹਿਤ ਸਿੰਗਰੌਲੀ ਜ਼ਿਲ੍ਹੇ ਦੇ 25412 ਬੇਕਾਰ ਗਰੀਬ ਪਰਿਵਾਰਾਂ ਨੂੰ ਜ਼ਮੀਨ ਦੇ ਮੁਫਤ ਪਲਾਟ ਦਿੱਤੇ ਗਏ ਨੇ ਨਾਲ ਹੀ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਤਹਿਤ 1350 ਕਰੋੜ ਰੁਪਏ ਤੋਂ ਵੱਧ ਦੀ ਰਕਮ ਰੀਵਾਰਡ ਵਿਭਾਗ ਦੇ ਲਗਭਗ 678000 ਲਾਪਾਤਰਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਾਈ ਗਈ ਹੈ। ਰੱਖਿਆ ਮੰਤਰੀ ਤੇ ਮੁੱਖ ਮੰਤਰੀ ਨੇ 248 ਕਰੋੜ ਰੁਪਏ ਦੀ ਲਾਗਤ ਨਾਲ ਸਾਰੀ ਜਾਣ ਵਾਲੀ ਸਰਕਾਰੀ ਮੈਡੀਕਲ ਕਾਲਜ ਦੀ ਇਮਾਰਤ ਤੇ 60 ਕਰੋੜ ਰੁਪਏ ਲਾਗਤ ਨਾਲ ਸਾਰੀ ਜਾਣ ਵਾਲੀ ਇੰਸਟੀਚਿਊਟ ਆਫ ਮਾਈਨਿੰਗ ਟੈਕਨੋਲੋਜੀ ਦੀ ਇਮਾਰਤ ਦਾ ਵੀ ਨੀਂਹ ਪੱਥਰ ਰੱਖਿਆ। ਇਹ ਖਬਰਾਂ ਤੁਸੀਂ ਆਕਾਸ਼ ਵਣਿਤੋਂ ਸੁਣ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਾਉਣ ਬਾਰੇ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੇ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਸਲਾਹਨਯੋਗ ਵਿਚਾਰ ਹੈ ਜੋ ਕਿ ਬਹੁਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਸੇਵਾ ਕਰੇਗਾ। ਇੱਕ ਖਾਲੀਆ ਸਮਾਰੋਹ ਵਿੱਚ ਜਸਟਿਸ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਾਉਣ ਲਈ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਹਿ ਕੇ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ ਜੋ ਕਿ ਦੇਸ਼ ਦੀ ਸੱਭਿਆਚਾਰਕ ਵਿਪਨਤਾ ਦਾ ਪ੍ਰਤੀਕ ਵਾਦਾ ਕਰ ਸਕਦੀਆਂ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਇੰਜੀਨੀਅਰਿੰਗ ਤੇ ਮੈਡੀਸਿਨ ਵਰਗੇ ਵਿਸ਼ਿਆਂ ਦੀ ਪੜ੍ਹਾਈ ਮਾਂ ਬੋਲੀ ਵਿੱਚ ਕਰਾਉਣ ਨੂੰ ਉਸ਼ਾਸ਼ਤ ਕਰਦੇ ਆਂ ਭਾਰਤੀ ਭਾਸ਼ਾਵਾਂ ਨੂੰ ਉਸ਼ਾਸ਼ਤ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਗਾਂਧੀ ਨਗਰ ਵਿੱਚ B20 ਮੀਟ ਦੇ ਰਸਮੀ ਉਦਘਾਟਨ ਤੋਂ ਪਹਿਲਾਂ G20 ਡੈਡੀਕੇਸ਼ਨ ਨੇ ਅੱਜ ਗਾਂਧੀ ਨਗਰ ਵਿੱਚ ਡਾਂਡੀ ਕੁਟੀਰ ਅਜੀਬ ਕਰਦਾ ਤੌਰਕ ਕੀਤਾ। ਗਾਂਧੀਨਗਰ ਪਹੁੰਚਣ ਤੇ ਡੈਲੀਗੇਸ਼ਨ ਦਾ ਰਵੈਤੀ ਭਾਰਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ 200 ਅੰਤਰਰਾਸ਼ਟਰੀ ਡੈਲੀਗੇਟਸ ਸᱶਤ ਲਗਭਗ 600 ਡੈਲੀਗੇਟਸ ਵੀ 20 ਇੰਡੀਆ ਮੀਟ ਵਿੱਚ ਸਾਲ ਰਣੇ ਜਿਸ ਤ벌ਕੇ ਕੇਂਦਰੀ ਮੰਤਰੀ ਅਪਿਊਸ਼ ਕੁਲ ਤੇ ਅਸ਼ਵਨੀ ਵੈਸ਼ਨਵ ਦੀ ਮੌਜੂਦਗੀ ਵਿੱਚ ਗਾਂਧੀਨਗਰ ਵਿੱਚ ਰਸਮੀ ਉਦਘਾਟਨ ਕੀਤਾ ਜਾਏਗਾ ਸੂਚਨਾ ਤੇ ਪ੍ਰਸਾਰਣ ਖੇਡਾਂ ਤੇ ਨੌਜਵਾਨ ਮਾਮਲੇ ਬਾਰੇ ਮੰਤਰੀ ਰਾਕਸ਼ ਸਿੰਘ ਠਾਕਰ ਨੇ ਕਿਹਾ ਕਿ ਜਾਂਚ ਕਮੇਟੀ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖلاف ਏਜੰਸੀ ਚੋਸਨ ਦੇ ਇਲਜ਼ਾਮਾਂ ਦੀ ਜਾਂਚ ਕਰੇਗੀ ਆਪਣੇ ਕੋਲਕਾਤਾ ਦੇ ਦਿਨ ਪਰਦੇ ਦੌਰੇ ਦੌਰਾਨ ਸਵਾਮੀ ਵਿਵੇਕਾਨੰਦ ਦੇ ਜੱਦੀ ਘਰ ਵਿਖੇ ਵਿਵੇਕਾਨੰਦ ਦੇ ਜੈਬ ਘਰ ਵਿੱਚ ਪੱਤਰਕਾਰਾਂ ਨਾਲ ਗਲਵੱਟ ਕਰ ਜਾ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਖਿਡਾਰੀਆਂ ਦੇ ਸਾਰੇ ਇਲਜ਼ਾਮ ਸੁਣੇ ਗਏਗੇ ਚੀਨ ਵਿੱਚ 80% ਆਬਾਦੀ ਕੋਵਿਡ ਬਿਮਾਰੀ ਤੋਂ ਇਨਫੈਕਟਡ ਹੈ ਇਸ ਕਰਕੇ ਅਗਲੇ 2 ਤੋਂ 3 ਮਹੀਨਿਆਂ ਵਿੱਚ ਕੋਵਿਡ-19 ਦੀ ਸਥਿਤੀ ਵਿੱਚ ਕੋਈ ਬਿਹਤਰੀ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਹ ਦਾਵਾ ਚੀਨ ਦੇ ਬਿਮਾਰੀਆਂ ਤੇ ਕੰਟਰੋਲ ਤੇ ਰੋਕਥਾਮ ਬਾਰੇ ਕੇਂਦਰ ਵੱਲੋਂ ਮੁਖ ਮਹਾਮਾਰੀ ਮਾਹਰ WHO ਜਨਰੂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਵੀ ਬੋਤੇ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਚੀਨ ਨੇ ਹਮੇਸ਼ਾ ਹੱਲ ਕਰਕੇ ਉਹਨਾਂ ਦੀ ਆਵਾਜ਼ ਆਈ ਬਦਨ ਨਾਲ ਇਹ ਮਹਾਮਾਰੀ ਵਿਆਪਕ ਤੌਰ ਤੇ ਫੈਲ ਸਕਦੀ ਹੈ ਪਰ ਚੀਨ ਵਿੱਚ ਦੂਜੀ ਕੋਵਿਡ ਲਹਿਰ ਆਉਣ ਦੀ ਸੰਭਾਵਨਾ ਘਟ ਹੈ ਬਲਕਿ ਨਵੀਂ ਦਿੱਲੀ ਦੇ ਕਰਤਵਿਆਪਾਸਤੇ ਗਣराज ਦਿਵਸ ਦੀ ਪ੍ਰੇਡ ਤੋਂ ਪਹਿਲਾਂ ਫੁੱਲ ਡ੍ਰੈਸ ਰੈਹਰਸਲ ਹੋਏਗੀ ਦਿੱਲੀ ਪੁਲਿਸ ਨੇ ਪ੍ਰੇਡ ਦੇ ਸੁਚਾਰੂ ਸੰਚਾਲਨ ਲਈ ਇਸ ਦੇ ਰੂਟ ਤੇ ਵਿਆਪਕ ਟ੍ਰੈਫਿਕ ਪ੍ਰਬੰਧ ਕੀਤੇ ਨੇ ਪ੍ਰੇਡ ਰੈਹਰਸਲ ਸਵੇਰੇ ਸਾਢੇ 10 ਵਜੇ ਵਿਜੇ ਚੌਕ ਤੋਂ ਸ਼ੁਰੂ ਹੋਏਗੀ ਚ لال ਕਿਲੇ ਤੱਕ ਜਾਏਗੀ ਪ੍ਰੇਡ ਵਿਜੇ ਚੌਕ ਕਰਤਵਿਆ ਤੱਤ ਸੀ ਐਕਸਨ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਵਾਲੇ ਗੋਲ ਚੱਕਰ ਤੇ ਤਿਲਕ ਮਾਰਗ ਰਾਹੀਂ ਲੰਗੇਗੀ ਤੇ ਲਾਲ ਕਿਲੇ ਤੱਕ ਜਾਏਗੀ ਪੁਲਿਸ ਨੇ ਆਮ ਲੋਕਾਂ ਨੂੰ ਇਹਨਾਂ ਰੂਟਾਂ ਤੋਂ ਗ੍ਰੇਸ ਕਰਨ ਲਈ ਕਿਹਾ ਟ੍ਰੈਫਿਕ ਸਬੰਧੀ ਆਪਣੀ ਸਲਾਹ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਪਰੇਡ ਦੇ ਖਤਮ ਹੋਣ ਤੱਕ ਕਰਤੱਵਪਾਤ ਦੇ ਵਿਜੇ ਚੌਕ ਤੋਂ ਇੰਡੀਆ ਗੇਟ ਲਈ ਬਹਨਾ ਦੀ ਆਵਾਜਾਈ ਦੀ ਕੋਈ ਆਗਿਆ ਨਹੀਂ ਹੋਏਗੀ ਦਿੱਲੀ ਮੈਟਰੋ ਰੇਲ ਸੇਵਾਵਾਂ ਪਰਕੇ ਫੁੱਲ ਡਰੈਸ ਰਿਹਰਸਲ ਦੌਰਾਨ ਸਾਰੇ ਮੈਟਰੋ ਸਟੇਸ਼ਨਾਂ 'ਤੇ ਯਾਤਰੀਆਂ ਲਈ ਉਪਲਬਧਤਾ ਹੋਣਗੀਆਂ ਪਰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਸੈਂਟਰਲ ਸੈਕਰੀਟੇਟ ਅਤੇ ਯੋਗਪਵਨ ਤੇ ਯਾਤਰੀਆਂ ਦੇ ਚੜਨ ਤੇ ਉਤਰਨ ਦੀ ਆਗਿਆ ਨਹੀਂ ਹੋਏਗੀ ਆਜ਼ਾਦੀ ਕਾ ਅਮਰਤ ਮਹਾਉਸਰਵੇ ਮੌਕੇ ਤਜ ਕਾਠਮੰਡੂ ਵਿੱਚ ਭਾਰਤੀ ਦੂਤ ਕਰਦੇ ਤਾਲ ਮੇਲ ਵਿੱਚ ਕਲਾ ਤੇ ਸਭਿਆਚਾਰ ਬਰਾਸ ਫਿਲੀ ਭਾਰਤੀ ਰਾਸ਼ਟਰੀ ਟਰਸਟ ਇਨਟੈਕ ਵੱਲੋਂ ਕੁਦਰਤੀ ਤੇ ਸਭਿਆਚਾਰਕ ਵਿਰਸੇ ਦੀ ਸੰਭਾਲ ਲਈ ਜਾਣਕਾਰੀ ਸਾਂਝੀ ਕਰਨ ਬਾਰੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਕਰਾਇਆ ਗਿਆ ਹੱਕੀ ਵਿਸ਼ਵ ਕੱਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦਾ ਇਸ ਸਮੇਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਕੁਆਰਟਰ ਫਾਈਨਲ ਵਿੱਚ ਥਾਂ ਪਾਉਣ ਲਈ ਮੁਕਾਬਲਾ ਹੋ ਰਿਹਾ ਹੈ ਅੱਜ ਹੋਈ ਇੱਕ ਹੋਰ ਮੈਚ ਵਿੱਚ ਸਪੈਨ ਮਲੇਸ਼ੀਆ ਨੂੰ ਚਾਰਟਨ ਹਰਾ ਕੇ ਕੁਆਟਰਫਾਈਨਲ ਵਿੱਚ ਪਹੁੰਚ ਗਈ। ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲਿਆਂ ਦੇ ਨਾਮ ਤੇ ਅੰਡੇਮਾਨ ਤੇ ਨਿਕੋਬਾਰ ਦੇ 21 ਟਾਪੂਆਂ ਦਾ ਨਾਮਕਰਨ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੱਲ ਨਵੀਂ ਦਿੱਲੀ ਵਿੱਚ 11 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕਰਨਗੇ। 미스터 ਦੇ ਰਾਸ਼ਟਰਪਤੀ ਅਬਦੁਲ ਫਤਿਹ ﺍﻟਸੀਸੀ 26 ਜਨਵਰੀ ਨੂੰ ਭਾਰਤ ਦੇ ਦਿਵਸ ਜਸ਼ਨਾਂ ਵਿੱਚ ਮੁੱਖ ਮਹਿਮਾਨ ਹੁੰਗੇ। ਜਿਨ੍ਹਾਂ ਨੇ ਕਿਹਾ ਕਿ ਇਸ ਦੀ ਅਸੀਂ ਹਿੱਸਾ ਜਵਾਦੀ ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਤੇ ਮਰਦਾਂ ਦੇ एफआईएच ਛੋਕੀ ਵਿਸ਼ਵ ਕੱਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਭੋਨੇਸ਼ਵਰ ਵਿੱਚ ਇਸ ਸਮੇਂ ਕੁਆਟਰ ਫਾਈਨਲ ਵਿੱਚ ਤਾਂ ਪੌਨਲੀ ਮੈਚ ਖੇਡਿਆ ਜਾ ਰਿਹਾ ਹੈ। ਇਸੇ ਨਾਲ ਹੀ ਆਕਾਸ਼ ਵਣਿਤੋਂ ਖਬਰਾਂ ਦਾ ਇਹ ਪਲੇਟਨ ਖਤਮ ਹੋਣ